ਤੁਹਾਡੀ ਜਾਨ ਨੂੰ ਖਤਰਾ ਵੀ ਹੋ ਸਕਦਾ ਹੈ। ਤੇ ਫਿਰ ਦੁਬਾਰਾ ਬੱਚੇ ਹੋਣ ਦੇ ਚਾਂਸਸ ਹਮੇਸ਼ਾ ਲਈ ਖਤਮ ਹੋ ਜਾਣਗੇ। ਇਸੇ ਲਈ ਲਵਲੀਨ ਮੈਂ ਤੈਨੂੰ ਇਹੀ ਸਲਾਹ ਦੇ ਰਹੀ ਹਾਂ ਕਿ ਥੋੜ੍ਹਾ ਸਬਰ ਕਰ। ਇਸ ਤੋਂ ਇਲਾਵਾ ਮੈਂ ਤੈਨੂੰ ਕੋਈ ਸਲਾਹ ਨਹੀਂ ਦੇ ਸਕਦੀ। ਡਾਕਟਰ, 2 ਸਾਲ ਬਾਅਦ ਤੇ ਬੱਚਾ ਹੋ ਸਕੇਗਾ ਨਾ? ਦੇਖੋ ਮਿਸਟਰ ਵਿਜੇ, ਮੈਂ ਪੱਕੇ ਤੌਰ 'ਤੇ ਤਾਂ ਕੁਛ ਨਹੀਂ ਕਹਿ ਸਕਦੀ, ਪਰ ਹਾਂ 2 ਸਾਲ ਬਾਅਦ ਯੂਟਰਸ ਕਾਫੀ ਮਜ਼ਬੂਤ ਅਤੇ ਸਟਰੋਂਗ ਹੋ ਜਾਏਗੀ। ਫਿਰ ਅਸੀਂ ਕੁਛ ਟੈਸਟ ਕਰਾਂਗੇ ਅਤੇ ਫਿਰ ਮੈਂ ਤੁਹਾਨੂੰ ਦੱਸ ਸਕਦੀ ਹਾਂ ਕਿ ਕੀ ਹੋ ਸਕਦਾ ਹੈ। ਡਾਕਟਰ, ਕਿਤੇ ਐਸਾ ਤਾਂ ਨਹੀਂ ਕਿ ਤੁਸੀਂ ਇਹ ਸਭ ਕੁਛ ਤੁਸੀਂ ਸਾਨੂੰ ਦਿਲਾਸਾ ਦੇਣ ਲਈ ਤਾਂ ਨਹੀਂ ਕਹਿ ਰਹੇ? ਜੇ ਸਾਨੂੰ ਬੱਚਾ ਹੋ ਹੀ ਨਹੀਂ ਸਕਦਾ ਤਾਂ ਵੀ ਸਾਨੂੰ ਦੱਸ ਦਿਓ ਡਾਕਟਰ, ਅਸੀਂ ਸਬਰ ਕਰ ਲਵਾਂਗੇ। ਪਰ ਇਸ ਤਰ੍ਹਾਂ ਝੂਠੀ ਉਮੀਦ ਵਿੱਚ ਨਹੀਂ ਰਹਿਣਾ ਚਾਹੁੰਦੇ? ਨਹੀਂ ਮਿਸਟਰ ਵਿਜੇ, ਇਹੋ ਜਿਹੀ ਕੋਈ ਗੱਲ ਨਹੀਂ। ਜੇ ਇੱਦਾਂ ਹੁੰਦਾ ਤਾਂ ਮੈਂ ਦੱਸ ਦਿੰਦੀ। ਇਹੋ ਜਿਹੇ ਕੇਸਿਸ ਵਿੱਚ ਕਈ ਲੋਕਾਂ ਨੂੰ ਬੱਚੇ ਹੋਏ ਨੇ ਤੇ ਕਈਆਂ ਨੂੰ ਨਹੀਂ ਵੀ ਹੋਏ ਨਾ। ਵਿਜੇ ਜੀ, ਤੁਸੀਂ ਹਮੇਸ਼ਾ ਨੈਗੇਟਿਵ ਹੀ ਕਿਉਂ ਸੋਚਦੇ ਹੋ? ਲੈਟਸ ਹੋਪ ਫਾਰ ਦ ਬੈਸਟ। ਓਕੇ ਡਾਕਟਰ। ਰਾਜਪੁੱਤਰ ਕਿਉਂ ਰੋ ਰਿਹਾ ਹੈ? ਮੰਮੀ ਪਾਪਾ ਗਏ, ਨਾ ਮਿਲਾ ਬੱਚਾ। ਓ ਰਾਜਪੁੱਤਰ, ਕਿਉਂ ਤਾਂ ਇਹਦੇ ਕੁੱਛੜ ਚੜੀ ਰੋਈ ਜਾਂਦਾ? ਓ ਰਾਜਪੁੱਤਰ, ਬੇਟਾ ਵਾ, ਬਹੁਤ ਬਦਮਾਸ਼ ਹੈ ਤੂੰ, ਬਹੁਤ ਬਦਮਾਸ਼ ਹੈ ਰਾਜ। ਮੈਂ ਇੰਨੀ ਦੇਰ ਤੋਂ ਸਟਰਗਲ ਕਰ ਰਹੀ ਹਾਂ, ਰਾਣੀ ਉਦੋਂ ਤੇ ਚੁੱਪ ਕੀਤਾ ਨੀ, ਤੇ ਹੁਣ ਮਾਂ ਕੋਲ ਜਾ ਕੇ ਵੇਖ ਵੇਖ, 1 ਮਿੰਟ ਚ ਚੁੱਪ ਕਰ ਗਿਆ। ਸੱਚੀ ਗੱਲ ਦੱਸਾਂ ਜੀ, ਰਾਜ ਦੇ ਆਉਣ ਨਾਲ ਸਾਡੇ ਘਰ 'ਚ ਇੱਕਦਮ ਰੌਣਕ ਲੱਗ ਗਈ। ਇਸ ਕਰਕੇ ਜਦੋਂ ਵੀ ਤੁਸੀਂ ਇਹਨੂੰ ਲੈਣ ਆਉਂਦੇ ਹੋ ਤਾਂ ਯਾਰ ਮਨ ਬੜਾ ਉਦਾਸ ਹੋ ਜਾਂਦਾ। ਇੱਦਾਂ ਦੀ ਕਿਹੜੀ ਗੱਲ ਹੈ, ਤਾਂ ਆਪਾਂ ਇਕੱਠੇ ਰਹਿਣਾ ਸ਼ੁਰੂ ਕਰ ਦਿੰਦੇ ਹਾਂ। ਕਿਉਂ ਰਾਣੀ? ਲਵਲੀਨ, ਮੇਰਾ ਦਿਲ ਕਹਿੰਦਾ ਰੱਬ ਤੇਰੀ ਚੋਲੀ ਛੇਤੀ ਭਰਨਗੇ। ਵੈਸੇ ਹੈ ਤਾਂ ਰਾਜੀ ਵੀ ਤੇਰਾ ਹੀ ਬੇਟਾ, ਪਰ ਰੱਬ ਤੈਨੂੰ ਇਹਦਾ ਭਰਾ ਬਹੁਤ ਛੇਤੀ ਦੇਣਗੇ। ਅੱਛਾ ਵਿਜੇ, ਫਿਰ ਆਪਾਂ ਚੱਲਦੇ ਹਾਂ। ਚਲੋ। ਕੀ ਹੈ ਨਾ, ਮਾਸੀ ਬੜੇ ਦਿਨਾਂ ਤੋਂ ਯਾਦ ਕਰ ਰਹੀ ਹੈ, ਤਾਂ ਉਹਨਾਂ ਨੇ ਰੋਟੀ 'ਤੇ ਵੀ ਇਨਵਾਈਟ ਕੀਤਾ ਹੈ, ਉਹ ਨਾਨੀ ਹੈ, ਮਨਾ ਵੀ ਨਹੀਂ ਕਰ ਸਕਦੇ। ਚਲੋ ਚਲੋ ਰਾਜਪੁੱਤਰ, ਆ ਜਾ ਇੱਥੇ ਤੂੰ ਪਹਿਲਾਂ। ਚਲੋ ਚਲੋ ਚਲੋ, ਟਾਟਾ ਕਰਦੇ, ਫਿਰ ਆਪਾਂ ਚੱਲਦੇ ਹਾਂ, ਠੀਕ ਹੈ? ਚਲੋ ਬੱਚੇ ਲਈ ਤੜਫਦਾ ਨਹੀਂ ਦੇਖ ਸਕਦੀ। ਵਿਜੇ, ਇੱਕ ਗੱਲ ਕਹਾਂ, ਇਸ ਗਮ ਨੂੰ ਦੂਰ ਕਰਨ ਦਾ ਇੱਕੋ ਹੀ ਤਰੀਕਾ ਹੈ, ਤੁਸੀਂ ਦੂਜਾ ਵਿਆਹ ਕਰ ਲਓ।